ਚੰਡੀਗੜ੍ਹ ਦੇ 3 ਇਮੀਗ੍ਰੇਸ਼ਨ ਏਜੰਟ ਮਾਰ ਗਏ 60 ਲੱਖ ਰੁਪਏ ਦੀ ਠੱਗੀ। ਚੰਡੀਗੜ੍ਹ ਤੋਂ ਹਾਲ ਦੀ ਘੜੀ ਇਹ ਫਰਾਰ ਨਜ਼ਰ ਆ ਰਹੀਆਂ ਨੇ, ਕੋਈ ਇਹਨਾਂ ਦਾ ਬੰਦਾ ਲੱਭ ਨਹੀਂ ਰਿਹਾ। ਚੰਡੀਗੜ੍ਹ ਦੇ 3 ਇਮੀਗ੍ਰੇਸ਼ਨ ਏਜੰਟ ਮਾਰ ਗਏ 60 ਲੱਖ ਰੁਪਏ ਦੀ ਠੱਗੀ। ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ। ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਦੇ 3 ਅਜਿਹੇ ਇਮੀਗ੍ਰੇਸ਼ਨ ਕੰਸਲਟੈਂਟਸ ਬਾਰੇ ਦੱਸਾਂਗੇ ਜਿਨ੍ਹਾਂ ਨੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਉਹ 10 ਜਾਂ 20 ਲੱਖ ਦੀ ਨਹੀਂ ਬਲਕਿ 60 ਲੱਖ ਰੁਪਏ ਤੋਂ ਜ਼ਿਆਦਾ ਦੀ ਠੱਗੀ ਮਾਰ ਲਈ। ਬਹਰਹਾਲ ਚੰਡੀਗੜ੍ਹ ਪੁਲਿਸ ਨੇ ਇਹਨਾਂ 3 ਏਜੰਟਸ ਖਿਲਾਫ, ਕੰਸਲਟੈਂਸੀ ਸਰਵਿਸਿਜ਼ ਕੰਪਨੀਆਂ ਖਿਲਾਫ 3 ਵੱਖ ਵੱਖ ਥਾਣਿਆਂ ਦੇ ਵਿੱਚ ਪਰਚੇ ਦਰਜ ਕਰ ਲਏ ਨੇ। ਸੋ ਅਸੀਂ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਨਾਮ, ਉਹਨਾਂ ਨੇ 9 ਲੱਖ ਰੁਪਏ ਦੀ ਠੱਗੀ ਕਿਹਨਾਂ ਨਾਲ ਮਾਰੀ ਹੈ। ਔਰ ਇਹ 3 FIR-ਾਂ 4 April 2024 ਨੂੰ ਦਰਜ ਹੋਈਆਂ ਨੇ। ਸਭ ਤੋਂ ਪਹਿਲਾਂ ਇਸ ਲਿਸਟ 'ਚ ਜਿਹਦਾ ਨਾਮ ਆ ਰਿਹਾ ਮੈਸਰਸ ਅਰਬਨ ਕੰਸਲਟੈਂਸੀ, SEO 6062, ਕੈਬਿਨ ਨੰਬਰ 301, 3rd floor, Sector 17। ਅਰਬਨ ਕੰਸਲਟੈਂਸੀ ਦੇ ਜਿਹੜੇ ਮਨਦੀਪ ਸਿੰਘ, ਰੋਹਿਤ ਗਰਗ, ਭੁਪਿੰਦਰ ਢਿੱਲੋਂ, ਮੁਸਕਾਨ ਅਤੇ ਹੋਰ ਜਿਹੜੇ ਹੋਰ ਵੀ ਇੱਥੇ ਮਾਲਕ ਸੀ ਜਾਂ ਮੁਲਾਜ਼ਮ ਸੀ, ਉਹਨਾਂ ਖਿਲਾਫ ਇਹ FIR ਨੰਬਰ 45 ਅੰਡਰ ਸੈਕਸ਼ਨ 406, 420, 120B ਅਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ Sector 17 ਦੇ ਪੁਲਿਸ ਥਾਣੇ ਵਿੱਚ ਦਰਜ ਹੋਈ ਹੈ। ਜੋ ਸ਼ਿਕਾਇਤਕਰਤਾ ਨੇ, ਕੰਪਲੇਟੈਂਟ, ਉਹਨਾਂ ਦਾ ਕੀ ਕਹਿਣਾ ਇਸ ਕੇਸ 'ਚ? ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਅਤੇ ਵੀਜ਼ਾ ਦਿਵਾਉਣ ਦੇ ਨਾਂ 'ਤੇ ਵਿਦੇਸ਼ ਭੇਜਣ ਦਾ ਇਸ ਕੰਪਨੀ ਨੇ 20 ਲੱਖ ਰੁਪਏ ਲਿੱਤੇ ਸਨ, ਪਰ ਨਾ ਤਾਂ ਉਹਨਾਂ ਨੂੰ ਕੀਤੇ ਵਾਅਦੇ ਮੁਤਾਬਕ, ਕੀਤੇ ਕੌਲ ਮੁਤਾਬਕ ਵਿਦੇਸ਼ ਭੇਜਿਆ, ਨਾ ਵੀਜ਼ਾ ਦਿਵਾਇਆ ਅਤੇ ਨਾ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਇਹ ਸ਼ਿਕਾਇਤਕਰਤਾ ਪੁਲਿਸ ਕੋਲ ਜਾਂਦਾ ਅਤੇ ਪੁਲਿਸ FIR ਦਰਜ ਕਰ ਲੈਂਦੀ ਹੈ। ਅਤੇ ਇਹਦੇ 'ਚ ਸ਼ਿਕਾਇਤਕਰਤਾ ਕੌਣ ਹੈ? ਕਰਨਾਲ, ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਜਿਹੜੀ ਇੱਕ ਲੇਡੀ ਹੈਗੀ ਹੈ, ਉਸਨੇ ਇਹ ਜਿਹੜੀ ਹੈ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀਗੀ ਕਿ ਉਕਤ ਕੰਪਨੀ ਨੇ ਉਹਨਾਂ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ ਹੈ, ਮਹਿਲਾ ਸ਼ਿਕਾਇਤਕਰਤਾ। ਦੂਜੀ ਜਿਹੜੀ FIR ਹੋਈ ਹੈ, 71 ਨੰਬਰ FIR, PS 31, Sector 31 ਦੇ ਪੁਲਿਸ ਸਟੇਸ਼ਨ 'ਚ ਇਹਨਾਂ ਦੇ ਖਿਲਾਫ ਹੋਈ ਹੈ ਅਤੇ ਅੰਡਰ ਸੈਕਸ਼ਨ ਉਹੀ 420, 120B, IPC ਅਤੇ 24 ਇਮੀਗ੍ਰੇਸ਼ਨ ਐਕਟ। ਇਸ 'ਚ ਸ਼ਿਕਾਇਤਕਰਤਾ ਕੌਣ ਹੈ? ਪਟਿਆਲਾ, ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਇੱਕ ਮਹਿਲਾ ਹੈ, ਫੀਮੇਲ ਹੈ, ਲੇਡੀ ਹੈ। ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਕੰਪਨੀ ਦਾ, ਪਹਿਲਾਂ ਤੁਹਾਨੂੰ ਨਾਮ ਦੱਸਦੇ ਹਾਂ, ਕੰਪਨੀ ਹੈਗੀ ਹੈ ਮਾਊਂਟੇਨ ਇਮੀਗ੍ਰੇਸ਼ਨ ਕੰਪਨੀ, Sector 47D, ਚੰਡੀਗੜ੍ਹ। ਇਹ ਪਟਿਆਲਾ ਦੀ ਰਹਿਣ ਵਾਲੀ ਜਿਹੜੀ ਸ਼ਿਕਾਇਤਕਰਤਾ ਹੈ, ਕੰਪਨੀ ਦਾ ਜਿਹੜਾ ਮਾਲਕ ਸੀਗਾ ਹਰਵਿੰਦਰ ਸਿੰਘ, ਉਹਦੇ ਖਿਲਾਫ ਇਹ FIR ਹੈ ਅਤੇ 14,15,900 ਰੁਪਏ ਦੀ ਠੱਗੀ ਉਹਨਾਂ ਨਾਲ ਕੀਤੀ ਗਈ ਔਨ ਪ੍ਰੀਟੈਕਸਟ ਆਫ ਪ੍ਰੋਵਾਈਡਿੰਗ ਵੀਜ਼ਾ ਅਲੋਂਗ ਵਿਦ ਵਰਕ ਪਰਮਿਟ ਆਫ ਐਬਰੋਡ, ਭਾਵ ਵਿਦੇਸ਼ ਭੇਜਣ ਦੇ ਨਾਂ 'ਤੇ ਵੀਜ਼ਾ ਦਿੱਤਾ ਜਾਣਾ ਸੀ, ਵਰਕ ਪਰਮਿਟ ਦਿੱਤਾ ਜਾਣਾ ਸੀ। ਇਹ ਵੀ ਮਹਿਲਾ ਸ਼ਿਕਾਇਤਕਰਤਾ ਹੈ, 14,15,900 ਰੁਪਏ ਦੀ ਠੱਗੀ ਹੋਈ। ਉਸ ਤੋਂ ਬਾਅਦ ਜਿਹੜੀ ਤੀਸਰੀ FIR ਹੈ, ਉਹ
ਦੋ ਅਲੱਗ ਅਲੱਗ ਸ਼ਿਕਾਇਤਕਰਤਾ ਨੇ, ਇੱਕ ਦੇ ਨਾਲ ਜੇ ਆਪਾਂ ਗੱਲ ਕਰੀਏ 18 ਲੱਖ ਰੁਪਏ ਦੀ ਠੱਗੀ ਹੋਈ, ਦੂਜੇ ਦੇ ਨਾਲ 8 ਲੱਖ ਦੀ ਹੋਈ। ਕੰਪਨੀ ਇੱਕੋ ਹੈ, ਸੈਕਟਰ 34 ਦੀ ਕੰਪਨੀ ਹੈ, ਤੁਹਾਨੂੰ ਉਹਦੇ ਬਾਰੇ ਦੱਸ ਰਹੇ ਹਾਂ। ਪਹਿਲਾ ਪਰਚਾ ਉਹਦੇ FIR ਨੰਬਰ 41, ਉਹੀ ਆਈ ਅੰਡਰ ਸੈਕਸ਼ਨ 406, 420, 120 ਬੀ IPC ਦੇ 24 ਇਮੀਗ੍ਰੇਸ਼ਨ ਐਕਟ। 34 ਸੈਕਟਰ ਥਾਣੇ 'ਚ FIR ਦਰਜ ਹੁੰਦੀ ਹੈ। ਕਰਾਉਣ ਵਾਲੇ ਕੌਣ ਨੇ? ਹਰਿਆਣਾ ਦਾ ਜ਼ਿਲ੍ਹਾ ਕੁਰੂਕਸ਼ੇਤਰਾ, ਕੁਰੂਕਸ਼ੇਤਰਾ ਦਾ ਪਿੰਡ ਹੈਗਾ ਮੰਗੋਲੀ ਜੱਟਾਣਾ, ਉੱਥੋਂ ਤੋਂ ਰਹਿਣ ਵਾਲੇ ਕੁਲਦੀਪ ਸਿੰਘ ਅਤੇ ਮਨਦੀਪ ਕੁਮਾਰ ਨੇ FIR ਦਰਜ ਕਰਾਈ ਹੈ। ਕਰਾਈ ਕਿਹਦੇ ਖਿਲਾਫ ਹੈ? ਸਰਕਨ ਇਮੀਗ੍ਰੇਸ਼ਨ ਹੈ, ਸਰਕਨ ਇਮੀਗ੍ਰੇਸ਼ਨ SCO ਨੰਬਰ 188-190, ਤੀਸਰੀ ਮੰਜ਼ਿਲ, ਸੈਕਟਰ 34। ਇਹਦੇ ਕੌਣ ਨੇ ਇਹ ਜਿਹੜੇ ਕਰਾਉਣ ਵਾਲੇ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਇਹ ਪਰਚਾ ਹੋਇਆ? ਉਹਦੇ 'ਚ ਮੋਹਿਤ ਕੁਮਾਰ ਹੈ ਅਤੇ ਕਰਨਵੀਰ ਹੈ, ਕੇਅਰ ਆਫ, ਭਾਵ ਉਸ ਕੰਪਨੀ ਦੇ ਇਹ ਮੁਲਾਜ਼ਮ ਰਹੇ ਹੋਣਗੇ। ਅਤੇ ਇਹਨਾਂ 'ਤੇ ਕੀ ਦੋਸ਼ ਹੈ ਕਿ ਸ਼ਿਕਾਇਤਕਰਤਾ ਜਿਹੜੇ ਕੁਲਦੀਪ ਅਤੇ ਮਨਦੀਪ ਨੂੰ ਆਸਟ੍ਰੇਲੀਆ ਦਾ ਵਰਕ ਪਰਮਿਟ ਇਹਨਾਂ ਨੇ ਦਵਾਉਣਾ ਸੀਗਾ ਵੀਜ਼ੇ ਦੇ ਨਾਲ, ਵੀ ਤੁਹਾਨੂੰ ਆਸਟ੍ਰੇਲੀਆ ਭੇਜ ਦਾਂਗੇ, ਵਰਕ ਪਰਮਿਟ ਤੁਹਾਨੂੰ ਦੇਵਾਂਗੇ ਦੇਵਾਂਗੇ, ਵੀਜ਼ਾ ਤਾਂ ਤੁਹਾਡਾ ਲਾਵਾਂਗੇ, ਵਰਕ ਪਰਮਿਟ ਦੇਵਾਂਗੇ। 18 ਲੱਖ ਰੁਪਏ ਦੋਨਾਂ ਤੋਂ ਲੈ ਲਏ, ਪਰ ਦੋਨਾਂ 'ਚੋਂ ਕੋਈ ਵੀ ਵਿਦੇਸ਼ ਨਹੀਂ ਗਿਆ, ਨਾ ਕਿਸੇ ਨੂੰ ਵੀਜ਼ਾ ਮਿਲਿਆ, ਨਾ ਕਿਸੇ ਨੂੰ ਵਰਕ ਪਰਮਿਟ ਮਿਲਿਆ। ਇਸੇ ਤਰ੍ਹਾਂ ਦੂਸਰਾ ਜਿਹੜਾ ਪਰਚਾ ਹੋਇਆ FIR ਇਸੇ ਕੰਪਨੀ 'ਤੇ, ਸਰਕਨ ਇਮੀਗ੍ਰੇਸ਼ਨ ਹੈਗੀ ਹੈ, SCO 188-190, 34 ਸੈਕਟਰ, 3rd ਫਲੋਰ, ਸੇਮ ਅੰਡਰ ਸੈਕਸ਼ਨ ਉਹੀ ਨੇ, 42 ਨੰਬਰ FIR ਹੈ, ਅਲੱਗ ਹੈ। ਇਹ ਸ਼ਿਕਾਇਤਕਰਤਾ ਕੌਣ ਹੈ? ਹਰਿਆਣਾ ਦੇ ਜ਼ਿਲ੍ਹੇ ਅੰਬਾਲੇ ਦਾ ਖੁਰਚਨਪੁਰ ਪਿੰਡ ਹੈ, ਖੁਰਚਨਪੁਰ ਪਿੰਡ ਦਾ ਗੁਰਸ਼ਾਨ ਸਿੰਘ ਹੈ ਮੁੰਡਾ, ਗੁਰਸ਼ਾਨ ਸਿੰਘ। ਉਹਨਾਂ ਨੇ ਕੀ ਸ਼ਿਕਾਇਤਕਰਤਾ ਦਰਜ ਕਰਾਈ ਕਿ ਉਹਨਾਂ ਕੋਲੋਂ ਇਸ ਕੰਪਨੀ ਵਾਲਿਆਂ ਨੇ, ਔਰ ਇਹ ਖਿਲਾਫ ਕਿਹਦੇ ਹੈ? ਮੋਹਿਤ ਕੁਮਾਰ ਹੈ ਇੱਥੇ, ਜਿਹੜੇ ਪਹਿਲੇ ਪਰਚੇ ਦੇ ਵਿੱਚ ਜਿਹੜਾ ਹੈਗਾ ਮੋਹਿਤ ਕੁਮਾਰ ਅਤੇ ਕਰਨਵੀਰ ਦੋ ਸੀ, ਦੂਸਰੇ 'ਚ ਇਕੱਲਾ ਮੋਹਿਤ ਕੁਮਾਰ ਦੋਸ਼ੀ ਬਣਾਇਆ ਗਿਆ, ਅਤੇ ਉਸਨੇ ਸੇਮ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਵੀਜ਼ਾ ਵੀ ਦੇਣਾ ਸੀ, ਵਰਕ ਪਰਮਿਟ ਦੇਣਾ ਸੀ, 8 ਲੱਖ ਰੁਪਏ ਇਹਨਾਂ ਤੋਂ ਜਿਹੜਾ ਹੈਗਾ ਲੈ ਲਏ, ਪਰ ਕੋਈ ਵੀ ਆਪਣੀ ਗੱਲ ਪੂਰੀ ਨਹੀਂ ਕੀਤੀ। ਸੋ ਆਪਾਂ ਰਕਮ ਦੇਖੀਏ ਕਿ ਜਿਹੜੇ ਹੈਗੇ ਨੇ ਅਰਬਨ ਕੰਸਲਟੈਂਸੀ ਵਾਲੇ, 20 ਲੱਖ ਰੁਪਏ ਦੀ ਠੱਗੀ ਦੇ ਦੋਸ਼ ਨੇ ਹਰਿਆਣਾ ਦੀ ਇੱਕ ਮਹਿਲਾ ਨਾਲ। ਉਸ ਤੋਂ ਬਾਅਦ ਜਿਹੜੇ ਮਾਊਂਟੇਨ ਇਮੀਗ੍ਰੇਸ਼ਨ ਸੈਕਟਰ 47 ਵਾਲੇ ਨੇ, ਅਰਬਨ ਇਮੀਗ੍ਰੇਸ਼ਨ ਸੈਕਟਰ 17 'ਚ ਸੀਗੀ, ਮਾਊਂਟੇਨ ਇਮੀਗ੍ਰੇਸ਼ਨ ਸੈਕਟਰ 47, ਪਟਿਆਲਾ ਦੀ ਇੱਕ ਮਹਿਲਾ ਨਾਲ 14,15,900 ਰੁਪਏ ਦੀ ਠੱਗੀ ਇਹਨਾਂ ਨਾਲ। ਉਸ ਤੋਂ ਬਾਅਦ ਸਰਕਨ ਇਮੀਗ੍ਰੇਸ਼ਨ ਵਾਲੇ ਨੇ, 34 ਸੈਕਟਰ ਵਾਲੇ, 41 ਨੰਬਰ ਪਰਚੇ ਦੇ ਵਿੱਚ ਕੁਲਦੀਪ ਅਤੇ ਮਨਦੀਪ ਨਾਲ 18 ਲੱਖ ਦੀ ਠੱਗੀ ਹੈ, 42 ਨੰਬਰ ਪਰਚੇ ਦੇ ਵਿੱਚ ਜਿਹੜਾ ਅੰਬਾਲੇ ਦੇ ਗੁਰਸ਼ਾਨ ਸਿੰਘ ਨਾਲ 8 ਲੱਖ ਦੀ ਠੱਗੀ ਹੈ। ਕੁੱਲ 60 ਲੱਖ ਰੁਪਏ ਦੀਆਂ ਇਮੀਗ੍ਰੇਸ਼ਨ ਦੀਆਂ ਠੱਗੀਆਂ ਅਤੇ 3 ਕੰਪਨੀਆਂ ਮਾਰ ਗਈਆਂ ਨੇ। ਸੋ ਚੰਡੀਗੜ੍ਹ ਤੋਂ ਹਾਲ ਦੀ ਘੜੀ ਇਹ ਫਰਾਰ ਨਜ਼ਰ ਆ ਰਹੀਆਂ ਨੇ, ਕੋਈ ਇਹਨਾਂ ਦਾ ਬੰਦਾ ਲੱਭ ਨਹੀਂ ਰਿਹਾ। ਹੋ ਸਕਦਾ ਪੰਜਾਬ 'ਚ, ਹਰਿਆਣਾ 'ਚ ਜਾਂ ਹੋਰ ਕਿਤੇ ਇਹਨਾਂ ਨੇ ਕਿਸੇ ਹੋਰ ਨਾਂ 'ਤੇ ਕੰਪਨੀਆਂ ਖੋਲ੍ਹ ਲਈਆਂ ਹੋਣ ਜਾਂ ਇਹੀ ਨਾਂ 'ਤੇ ਖੋਲ੍ਹੀਆਂ ਹੋਣ, ਤਾਂ ਜਿਹੜੇ ਵਿਦੇਸ਼ ਜਾ ਕੇ ਆਪਣਾ ਕਰੀਅਰ ਬਣਾਉਣ ਦੇ, ਭਵਿੱਖ ਬਣਾਉਣ ਦੇ ਇੱਛੁੱਕ ਨੇ, ਉਹਨਾਂ ਨੂੰ ਸਾਡੀ ਇਹ ਇੱਕ ਮਸ਼ਵਰਾ ਹੋਵੇਗਾ, ਸਲਾਹ ਹੋਵੇਗੀ ਕਿ ਦੇਖ ਭਾਲ ਕੇ ਆਪਣੀ ਮਿਹਨਤ ਦੀ, ਖੂਨ ਪਸੀਨੇ ਦੀ ਕਮਾਈ ਜਾਂ ਕਰਜ਼ੇ ਲੈ ਕੇ ਉਹਨਾਂ ਨੂੰ ਦਿੱਤੀ ਕਮਾਈ, ਭਾਵੇਂ ਉਹ ਜ਼ਮੀਨਾਂ ਵੇਚ, ਭਾਵੇਂ ਉਹ ਜਾਇਦਾਦਾਂ ਵੇਚ, ਭਾਵੇਂ ਉਹ ਕੋਈ ਵਿਆਜ 'ਤੇ ਪੈਸੇ ਲੈ, ਇਨ ਖਾਸ ਕਰ ਇਹਨਾਂ ਇਮੀਗ੍ਰੇਸ਼ਨ ਵਾਲਿਆਂ ਕੋਲ ਜਾਣ ਤੋਂ ਗੁਰੇਜ਼ ਕਰਨਾ। ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ, ਧੰਨਵਾਦ।